ਇੱਕ ਪਾਸੇ ਜਿੱਥੇ ਸਰਕਾਰ ਦੇਸ਼ ਨੂੰ ਡਿਜੀਟਲ ਕਰਨ ਦੀਆਂ ਗੱਲਾਂ ਕਰ ਰਹੀ ਹੈ ਤੇ ਪੰਜਾਬ ਵਿੱਚ ਬੁਲੇਟ ਟ੍ਰੇਨ ਚਲਾਉਣ ਦੀਆਂ ਯੋਜਨਾਵਾਂ ਬਣਾ ਰਹੀ ਹੈ, ਉੱਥੇ ਸਾਰੇ ਵਾਅਦੇ ਉਸ ਟਾਈਮ ਖੋਖਲੇ ਸਾਬਿਤ ਹੁੰਦੇ ਨਜ਼ਰ ਆਏ ਜਦੋਂ ਗੁਰਦਾਸਪੁਰ ਦੇ ਸਰਹੱਦੀ ਬਲਾਕ ਦੋਰੰਗਲਾ ਅਧੀਨ ਪੈਂਦੇ ਨੌਮਣੀ ਨਾਲੇ ਤੇ ਬਣਿਆ ਪੈਂਟੂਨ ਪੁਲ ਟੁੱਟ ਗਿਆ, ਜਿਸ ਕਰਕੇ ਅੱਧੀ ਦਰਜਨ ਪਿੰਡ ਦੇ ਲੋਕਾਂ ਦਾ ਸੰਪਰਕ ਸ਼ਹਿਰ ਅਤੇ ਆਸ-ਪਾਸ ਪਿੰਡਾਂ ਨਾਲ ਟੁੱਟ ਗਿਆ ਅਤੇ ਇਲਾਕਾ ਵਾਸੀਆਂ ਨੂੰ ਫਸਲ ਸੰਭਾਲਣ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕਾਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਪੁਲ ਨੂੰ ਜਲਦੀ ਹੀ ਬਣਾਇਆ ਜਾਵੇ। ਇਸ ਮਾਮਲੇ ਵਿੱਚ ਮਹਿਕਮੇ ਦੇ ਅਧਿਕਾਰੀ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਫੰਡਾਂ ਦੀ ਘਾਟ ਹੋਣ ਕਾਰਨ ਅਜੇ ਤੱਕ ਇਹ ਪੁਲ ਨਹੀਂ ਬਣ ਸਕਿਆ। ਪੁਲ ਟੁੱਟਣ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ ਅਤੇ ਜਲਦ ਹੀ ਇਸ ਦਾ ਹੱਲ ਵੀ ਕਰਵਾ ਦਿੱਤਾ ਜਾਵੇਗਾ। ਚਲੋ ਇਹਨੂੰ ਤੇ ਚਾਲੂ ਕਰਨ, ਫਿਰ ਪੱਕਾ ਪੁਲ ਜ਼ਰੂਰੀ ਹੈ ਜੀ। ਅੱਗੇ ਪਿੰਡ ਵੀ ਆਉਣਾ ਸਾਰਾ, ਇੱਧਰ ਜ਼ਮੀਨਾਂ ਸਾਡੀਆਂ ਹਸਨਪੁਰ ਤੱਕ ਨੇ, ਹਸਨਪੁਰ ਤੱਕ ਜ਼ਮੀਨਾਂ ਹੈ ਅਤੇ ਉੱਥੋਂ ਤੱਕ ਅਸੀਂ ਜਾਣਾ, ਇੱਥੋਂ ਲੰਘ ਕੇ ਜਾਣਾ। ਕਿੰਨੇ ਪਿੰਡ ਜੁੜੇ ਪੁਲ ਨਾਲ? ਇਹ ਪੁਲ ਨਾਲ 4-5 ਪਿੰਡ ਘੱਟੋ ਘੱਟ ਜੁੜੇ ਆ ਜੀ। ਦਿੱਕਤ ਤਾਂ ਬਹੁਤ ਜ਼ਿਆਦਾ ਦਿੱਕਤ, ਹੁਣ ਜਿਨ ਵੀ ਜਾਣਾ ਇੱਧਰੋਂ ਘੁੰਮ ਕੇ ਗਾਲੜੀ ਵੱਲੋਂ ਪਾਇਆ ਉੱਤੋਂ ਵੀ ਜਾਣਾ। ਚਲੋ ਹਾਸੇ ਹੋਏ ਆ, 2-3 ਹੋਏ ਆ ਇੱਥੇ। ਟਰੈਕਟਰ ਡਿੱਗਾ, ਪਹਿਲਾਂ ਇੱਕ ਟਰੈਕਟਰ ਟਰਾਲੀ ਡਿੱਗੀ ਆ, ਵੱਡੀ ਭਰੀ ਦੀ ਟਰਾਲੀ ਸੀ, ਮਿੱਟੀ ਦੀ ਛੋਟੀ ਟਰਾਲੀ ਕਿੰਨੀ ਹੁੰਦੀ ਆ, ਛੋਟੀ ਹੁੰਦੀ ਆ, ਉਹ ਵੀ ਡਿੱਗੀ ਆ, ਉਹ ਬਚ ਗਿਆ, ਉੱਦਾਂ ਬਚਾਅ ਹੋ ਗਿਆ, ਜਾਨ ਮਾਲ ਬਚਾ ਆਈ ਆ। ਉੱਦਾਂ ਦਿੱਕਤ ਇੱਥੇ ਬਹੁਤ ਜ਼ਿਆਦਾ ਆਈਆਂ, ਪੱਠੇ ਬਰਸਾਤ 'ਚ ਵੀ ਪੱਠੇ ਲਿਆਉਣੇ ਹੁੰਦੇ ਆ, ਪੱਠੇ 'ਤੇ ਸਾਰੀ ਜ਼ਮੀਨ ਹੀ ਪਾਰ ਆ ਆਪਣੀ, ਅਤੇ ਸਾਰੇ ਪਿੰਡ ਦੀ ਜ਼ਮੀਨ ਪਾਰ ਹੈ ਜੀ। ਇਹ ਮੰਗਾਂ ਤਾਂ ਬਹੁਤ ਆ, ਇਹ ਆ ਵੀ ਇੱਧਰ ਜ਼ਿਮੀਂਦਾਰ ਜਿਹੜੇ ਆ ਸਾਰੇ ਕਮਾਂਦ ਲੱਗੇ ਆ, ਟਰੈਲੀਆਂ ਟਰੈਕਟਰ ਲੰਘਣ ਵਾਲੀਆਂ ਗੱਲਾਂ, ਇਹ ਤਾਂ ਮੋਟਰਸਾਈਕਲਾਂ ਦੀ ਤਾਂ ਛੋਟੀ ਮੋਟੀ ਗੱਲ ਆ ਜੀ। ਅਤੇ ਸਾਡਾ ਇੱਧਰੋਂ ਕਮਾਂਦ ਨਹੀਂ ਨਿਕਲਦਾ, ਸਾਡੀਆਂ ਫਸਲਾਂ ਨਹੀਂ ਨਿਕਲਦੀਆਂ, ਜੇ ਨਿਕਲਦੀਆਂ ਤਾਂ 10-12 ਕਿਲੋਮੀਟਰ ਅਨੁਵਾਇਆ ਪਾ ਕੇ ਅਤੇ ਫਿਰ ਇੱਥੇ ਆਉਣੇ ਪੈਂਦਾ। ਸਰਕਾਰਾਂ ਨੇ ਤਾਂ ਅੱਖਾਂ ਮੀਟੀਆਂ, ਸਰਕਾਰਾਂ ਬੈਠੀਆਂ ਉੱਤੇ ਜਨਾਬ, ਅਤੇ ਚਲੋ ਇਹ ਬੜੀ ਮਿਹਰਬਾਨੀ ਹੈ ਤੁਹਾਡੀ ਜਿਹੜੇ ਤੁਸੀਂ ਇੱਥੋਂ ਤੱਕ ਪਹੁੰਚੇ ਹੋ, ਅਤੇ ਤੁਹਾਨੂੰ ਪਤਾ ਲੱਗ ਗਿਆ ਵੀ ਸਾਨੂੰ ਕਿੰਨੀ ਕੁ ਦਿੱਕਤ ਆ, ਕਿੰਨੀ ਕੁ ਤੰਗੀ ਆ, ਅਤੇ ਅਸੀਂ ਕਿਹੜੇ ਹਿਸਾਬ ਨਾਲ ਇੱਥੋਂ ਗੁਜ਼ਰ ਰਹੇ ਹਾਂ। ਆਉਣ ਵਾਲੇ ਜਿਹੜੇ ਬਰਸਾਤਾਂ ਦੇ ਵਿੱਚ ਟਾਈਮ ਸੀ ਨਾ, ਬਰਸਾਤਾਂ ਦੇ ਵਿੱਚ ਬਿਲਕੁਲ ਸਾਡੀਆਂ ਖਾਦਾਂ ਨਹੀਂ ਪਈਆਂ, ਮਜਾੜੀਆਂ ਨਹੀਂ ਪਈਆਂ, ਦਵਾਈਆਂ ਨਹੀਂ ਪਈਆਂ। 20 ਕਿਲੋਮੀਟਰ ਅਸੀਂ ਵੱਲ ਕੇ ਜਾਵਾਂਗੇ ਅਤੇ ਕੋਈ ਚੰਗਾ ਨਹੀਂ, ਇੱਧਰੋਂ ਸਾਨੂੰ ਬਿਲਕੁਲ ਨੇੜੇ ਆ, ਤੁਸੀਂ ਨਾਲ ਹੀ ਪਿੰਡ ਦੇਖ ਰਹੇ ਹੋ, ਫਸਲਾਂ ਦਾ ਬਹੁਤ ਨੁਕਸਾਨ ਹੋ ਰਿਹਾ ਜੀ। ਇਹ ਨਾਲੇ ਦਾ ਤਾਂ ਕੋਈ ਸੋਚਦਾ ਨਹੀਂ, ਮੰਤਰੀ ਇੱਧਰ ਤੱਕ ਤਾਂ ਪੁੱਛਦੇ ਨਹੀਂ, ਵੋਟਾਂ ਲੈਣ ਆਉਂਦੇ ਆ, ਉੱਦਾਂ ਨਹੀਂ ਪੁੱਛਦੇ। ਬਹੁਤ ਪਰੇਸ਼ਾਨੀ ਬਹੁਤ ਹੈ ਜੀ, ਇੱਥੋਂ 4 ਕਿਲੋਮੀਟਰ ਦੂਰ ਜਾਣਾ ਪੈਂਦਾ, ਫਿਰ ਉੱਥੋਂ ਭੋਂ ਕੇ ਫਿਰ ਆਉਣਾ। ਫਸਲਾਂ ਦਾ ਬਹੁਤ ਨੁਕਸਾਨ ਹੋ ਰਿਹਾ ਜੀ, ਜਾਨਵਰ ਵੀ ਕਰਨੇ ਦਾ ਉਸ ਤਰ੍ਹਾਂ ਵੀ ਡਿੱਡ ਕੇ ਜੀ ਆ, ਵੀ ਜੇ ਇਹ ਚੰਗਾ ਹੋਵੇ ਤਾਂ ਫਿਰ ਸਾਨੂੰ ਜਿਹੜਾ ਸੁੱਖ ਹੋ ਜਾਂਦਾ, 5-7 ਪਿੰਡਾਂ ਨੂੰ ਹੈ ਜਿਹੜਾ ਇਹਦਾ ਸੁੱਖ। ਫਸਲਾਂ ਦਾ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਰਦਾ ਜੀ, ਸਾਡਾ ਗੰਨਾ ਸਾਰਾ ਪਾਰ ਹੈ, ਗੰਨਾ ਹੁਣ ਮਿਲਦਾ ਮਿਲ ਸ਼ੁਰੂ ਹੋਣ ਵਾਲੀ ਹੈ, ਗੰਨਾ ਸਾਰਾ ਜਾਣਾ ਅਤੇ ਸਾਨੂੰ ਸਾਰਾ ਹੀ ਗੰਨਾ ਬਾਇਆ ਇੱਧਰੋਂ ਜਾਂ ਗਾਲੀ ਵੱਲ ਲੈ ਕੇ ਜਾਣਾ ਪੈਣਾ ਜਾਂ ਫਿਰ ਚੌਦੋਂ ਲੈ ਕੇ ਜਾਣਾ, ਅਤੇ 10-15 ਕਿਲੋਮੀਟਰ ਦਾ ਸਾਨੂੰ ਫੇਰ ਜਿਹਾ ਪੈਂਦਾ। ਬਾਕੀ ਸਾਡਾ ਇਹ ਰੋਜ਼ ਰੂਟੀਨ ਦਾ ਉਹ ਆਉਣ ਜਾਣ ਦਾ ਰਸਤਾ ਸਾਡਾ ਇੱਕ ਹੀ ਰਸਤਾ ਜੀ, ਅਤੇ ਇਹ ਰਸਤਾ ਸਾਡਾ ਮਤਲਬ ਪੁਲ ਸਾਡਾ ਜਿਹੜਾ ਅਰਜ਼ੀ ਤੌਰ 'ਤੇ ਹੁਣ ਫਿਲਹਾਲ ਤਾਂ ਅਰਜ਼ੀ ਤੌਰ 'ਤੇ ਬਣਾਓ ਅਤੇ ਬਾਅਦ 'ਚ ਸਾਨੂੰ ਪੱਕੇ ਪੁਲ ਦੀ ਜਿਹੜੀ ਉਹ ਬਣਨਾ ਚਾਹੀਦਾ ਜੀ। ਉਹ ਸਾਡੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦੇ ਹੈਗਾ, ਉਹ ਪੁਲ ਜਿਹੜਾ ਹੈਗਾ ਲੋਕਾਂ ਦੀ ਸੁਵਿਧਾ ਵਾਸਤੇ ਬਣਾਇਆ ਗਿਆ, ਲੋਕ ਉਹਦੇ ਫੰਡਾਂ ਇਸ ਮੌਕੇ ਫੰਡ ਉਪਲਬਧ ਨਹੀਂ ਹਨ, ਸਰਕਾਰ ਦੇ ਧਿਆਨ ਵਿੱਚ ਲਿਆਂਦਿਆ ਗਿਆ ਹੈ, ਉਹਦੇ ਜਦੋਂ ਵੀ ਫੰਡ ਉਹਦੇ ਆ ਜਾਂਦੇ ਆ ਤੁਰੰਤ ਉਹ 'ਤੇ ਕਾਰਵਾਈ ਕਰਕੇ ਉਹਨੂੰ ਬਿਲਕੁਲ ਠੀਕ ਕਰਕੇ ਲੋਕਾਂ ਦੀ ਸਹੂਲਤ ਵਾਸਤੇ ਫਿਰ ਉਹਨੂੰ ਉਸ ਤਰ੍ਹਾਂ